ਕਹਾਣੀ ਇੱਕ ਨਾਵਲ ਦੀ ਦਾ ਨਾਵਲ ਹੈ ਨੰਗੇ ਪਹਾੜ ਦੀ ਮੌਤ ਲੇਖਕ ਜਸਵੀਰ ਪੁੱਲਰ ਅੰਗ 7 ਉਹਨੂੰ ਪੰਜ ਪੱਠ ਬੁਖਾਰ ਸੀ ਉਹਦੀ ਜ਼ਮੀਰ ਦੇ ਜ਼ਖਮ ਅਠਰ ਗਏ ਸਨ ਉਹਦੇ ਵਜੂਦ ਦਾ ਪੁਰਪੁਰ ਪੀੜ ਨਾਲ ਬਿੰਨਿਆ ਹੋਇਆ ਸੀ ਉਹਦੇ ਕੰਨਾਂ 'ਚ ਸੂੰ ਸੂੰ ਹੋ ਰਹੀ ਸੀ ਉਹਦਾ ਮੱਥਾ ਟਸ ਟਸ ਕਰ ਰਿਹਾ ਸੀ ਉਹ ਬਿਸਤਰੇ ਤੇ ਪਿਆ ਤਰਲੋ ਮੱਛੀ ਹੋ ਰਿਹਾ ਸੀ ਉਹ ਆਪਣੇ ਅੰਦਰਲੇ ਵੱਲੋਂ ਅੱਖਾਂ ਮੀਟ ਰਿਹਾ ਸੀ ਉਹਦੀ ਕੋਸ਼ਿਸ਼ ਸੀ ਕਿ ਜ਼ਮੀਰ ਦੀਆਂ ਪੀੜਾਂ ਸੌ ਜਾਂਨ ਜਾਂ ਜਿਸਮ ਦਾ ਦਰਦ ਉਹਨਾਂ ਪੀੜਾਂ ਨੂੰ ਆਪਣੇ ਭਾਰ ਹੇਠ ਦੱਬ ਲਏ ਨੰਦੀ ਨੇ ਬਾਜ਼ਾਰੋਂ ਸੌਦਾ ਲਿਆ ਕੇ ਰਸੋਈ 'ਚ ਰੱਖ ਦਿੱਤਾ ਅਸ਼ੋਕ ਨੂੰ ਦਵਾਈ ਦੇ ਕੇ ਉਹਦੇ ਸਰਾਨੇ ਵੱਨੀ ਬੈਠ ਗਿਆ ਉਹ ਸਿਰ ਘੁੱਟਣ ਲੱਗਾ ਤਾਂ ਅਸ਼ੋਕ ਨੇ ਉਹਨੂੰ ਰੋਕ ਦਿੱਤਾ ਕਸੀਸ ਵੱਟ ਕੇ ਪਾਸਾ ਪਰਤ ਲਿਆ ਉਹਨੂੰ ਡਰ ਸੀ ਕਿਤੇ ਉਹਦੀਆਂ ਸੋਚਾਂ ਵਾਂਗ ਨੰਦੀ ਦੀਆਂ ਗੱਲਾਂ ਦਾ ਕਿਨਾਰਾ ਵੀ ਮੁੜ ਰੁਚੀ ਨਾਲ ਨਾ ਛੋ ਜਾਵੇ ਪਿਛਲੀ ਰਾਤ ਦੇ ਲਿਬੜੇ ਹੋਏ ਕੱਪੜੇ ਹਾਲੇ ਵੀ ਗੁਸਲਖਾਨੇ 'ਚ ਪਏ ਸਨ। ਟੁੱਟੇ ਦਾ ਪਾਣੀ ਵਗ ਵਗ ਕੇ ਕੱਪੜਿਆਂ 'ਤੇ ਲਹੂ ਦੇ ਦਾਗ ਧੋਂਦਾ ਰਿਹਾ ਸੀ। ਲਹੂ ਦੇ ਦਾਗ ਕਾਲੇ ਹੋਣ ਪਿੱਛੋਂ ਹੁਣ ਨਸਵਾਰੀ ਹੋ ਗਏ ਸਨ। ਨੰਦੀ ਜਾ ਕੇ ਬਦਰੰਗ ਹੋਏ ਕੱਪੜੇ ਧੋਣ ਲੱਗ ਪਈ। ਅਸ਼ੋਕ ਦੀ ਸੋਚ ਰੁਚੀ ਕੋਲੀ ਬੈਠੀ ਰਹੀ ਸੀ। ਪਰ ਉਸ ਸੋਚ ਦੇ ਨੇੜੇ ਹੁਣ ਫੁੱਲਾਂ ਦੀ ਸੀਜ਼ ਨਹੀਂ ਸੀ। ਨੰਗੇ ਪਹਾੜ ਦੇ ਠਰੇ ਹੋਏ ਪੱਥਰ ਸਨ। ਉਹਨਾਂ ਪੱਥਰਾਂ 'ਤੇ ਪਈ লাশ ਦਵਾਲੇ ਗਿਰਜਾਂ ਇਕੱਠੀਆਂ ਹੋ ਗਈਆਂ ਸਨ। ਕਾਂ ਮਾਸ ਠੁੰਗਣ ਲੱਗ ਪਏ ਸਨ ਕੁੱਤੇ ਗੋਸਤ ਲਈ ਝਗੜਨ ਲੱਗ ਪਏ ਸਨ ਰੁਚੀ ਉਹਦਾ ਇਸ਼ਟ ਸੀ ਪਰ ਉਹ ਸਿਰ ਝੁਕਾ ਕੇ ਮੰਦਰ ਚ ਦਾਖਲ ਹੋਣ ਵਾਲਾ ਪੁਜਾਰੀ ਨਹੀਂ ਸੀ ਉਹ ਪੂਜਾ ਦੇ ਦੀਵੇ ਪੈਰਾਂ ਹੇਠ ਮਿਧਾ ਰਿਆ ਇੱਕ ਪਾਗਲ ਜਾਨਵਰ ਸੀ ਉਹਨੇ ਤਾਂ ਆਪਣੇ ਮੰਦਰ ਦੀ ਮੂਰਤੀ ਵੀ ਕੁੱਤਿਆਂ ਕਾ ਵਾਂਗ ਉਤਰੀ ਛੱਡ ਦਿੱਤੀ ਸੀ ਉਹਦਾ ਜੀ ਕੀਤਾ ਉਹ ਕੰਧਾਂ ਨਾਲ ਟੱਕਰਾ ਮਾਰੇ ਆਪਣੇ ਕੱਪੜੇ ਪਾੜ ਲਏ ਤੇ ਚਰਾਹੇ 'ਚ ਖਲੋ ਕੇ ਚੀਕੇ ਬਾਰਸੁਰਮਈ ਸ਼ਾਮ ਹਨੇਰੇ ਨੂੰ ਲੱਭ ਰਹੀ ਸੀ ਘਰਾਂ ਚੋਂ ਉੱਠਦਾ ਧੂਆਂ ਤੇ ਪਹਾੜ ਦੀ ਹੀਟਲੀ ਸਤਾ ਤੇ ਤੈਰ ਦੇ ਬੱਦਲ ਇੱਕ ਮਿਕ ਹੋ ਰਹੇ ਸਨ ਨੰਦੀ ਵੇਲੇ ਨਾਲ ਵੇਲਾ ਹੋ ਕੇ ਚਲਾ ਗਿਆ ਹਨੇਰਾ ਹਾਲੇ ਸ਼ਾਮ ਦੇ ਨਸੀਬ ਚ ਨਹੀਂ ਸੀ ਸਾਰੇ ਦਾ ਸਾਰਾ ਹਨੇਰਾ ਸ਼ੋਕ ਨੇ ਆਪਣੇ ਕਮਰੇ ਚ ਕੈਦ ਕਰ ਲਿਆ ਸੀ ਹਨੇਰੇ ਚ ਰੂਚੀ ਉਹਦੇ ਕੋਲ ਆ ਬੈਠੀ ਸੀ ਉਹਨੇ ਆਪਣੇ ਹੱਥ ਸ਼ੋਕ ਵੱਲ ਪਸਾਰ ਦਿੱਤੇ ਸਨ ਉਹਨਾਂ ਤਲੀਆਂ ਤੇ ਮਹਿਣਾ ਸੀ ਜਾਂ ਤ੍ਰਿਸਕਾਰ ਇਸ ਪਾਲਾ ਸ਼ੌਕ ਨੂੰ ਕੁਝ ਪਤਾ ਨਹੀਂ ਸੀ ਪਰ ਅਸ਼ੋਕ ਨੂੰ ਇਹ ਜ਼ਰੂਰ ਪਤਾ ਸੀ ਕਿਉਂ ਨਾ ਹੱਥਾਂ 'ਤੇ ਮਹਿੰਦੀ ਨਹੀਂ ਸੀ ਉਹਨਾਂ ਕਲਾਈਆਂ ਵਿੱਚ ਚੂੜਾ ਨਹੀਂ ਸੀ ਉਹ ਸੁਹਾਗਣ ਬਣ ਕੇ ਨਹੀਂ ਸੀ ਮਰੀ ਉਹ ਪ੍ਰੇਮਿਕਾ ਬਣ ਕੇ ਮਰੀ ਸੀ ਤੇ ਪ੍ਰੇਮਿਕਾ ਦਾ ਨਸੀਬ ਠਰੇ ਪੱਥਰਾਂ ਤੇ ਪਈ ਹੋਈ ਲਾਵਾਰਸਲਾਸ਼ ਦਾ ਨਸੀਬ ਸੀ ਉਹ ਜੋ ਜ਼ਿੰਦਗੀ ਲਈ ਤਰਲੇ ਲੈਂਦੀ ਰਹੀ ਸੀ ਉਹਨੂੰ ਉਹ ਖੂਬਸੂਰਤ ਮੌਤ ਵੀ ਨਹੀਂ ਸੀ ਦੇ ਸਕਿਆ ਉਹ ਬਿਸਤਰੇ 'ਚੋਂ ਕੁਝ ਇਸ ਤਰ੍ਹਾਂ ਉੱਠਿਆ ਜਿਵੇਂ ਆਪਣੀਆਂ ਹੀ ਨਜ਼ਰਾਂ 'ਚ ਉੱਠਣ ਦਾ ਯਤਨ ਕਰ ਰਿਹਾ ਹੁੰਦਾ ਉਹਨੇ ਬੱਤੀ ਦਾ 스위ਚ ਦਵਾ ਦਿੱਤਾ। ਕਮਰੇ ਦਾ ਹਨੇਰਾ ਟੁੱਕੇ ਦਰਵਾਜ਼ੇ ਰਾਹ ਬਾਹਰ ਨੂੰ ਦੌੜ ਪਿਆ। ਬਾਹਰ ਸ਼ਾਮ ਦੇ ਰੰਗ ਚ ਨੀਲੇ ਪੈ ਗਏ ਪਹਾੜਾਂ ਤੇ ਕਾਲੋਂ ਫਿਰ ਗਈ। ਦਿਨ ਦੀਆਂ ਦਵਾਈਆਂ ਨਾਲ ਬੁਖਾਰ ਸ਼ਾਇਦ ਕੁਝ ਮੱਠਾ ਪੈ ਗਿਆ ਸੀ। ਜ਼ਖਮਾਂ ਦਾ ਦਰਦ ਵੀ ਹੁਣ ਮੱਦਮ ਸੀ। ਸੋਚਾਂ ਦੀ ਦਲਦਲ ਚੋਂ ਨਿਕਲਣ ਦੇ ਯਤਨ ਚ ਮੁੜਮੰਜੇ ਦੀ ਹੀਂ ਤੇ ਬੈਠ ਗਿਆ। ਲੱਗਦਾ ਸੀ ਵਾਧੇ ਤੇ ਪਈ ਘੜੀ ਦੀ ਟਿਕ ਟਿਕ ਵਿੱਚ ਵਕਤ ਠਹਿਰ ਗਿਆ। ਵਕਤ ਸਿਰਫ ਖੁਸ਼ੀ ਦੇ ਪਲਾਂ 'ਚ ਹੀ ਦੌੜਿਆ ਸੀ ਹੁਣ ਤਾਂ ਵਕਤ ਉਹਦੇ ਲਈ ਮਨ ਨੂੰ ਚੁੰਡ ਰਹੀ ਗੁਨਾਹ ਦੀ ਜ਼ਿਲਤ ਵਾਂਗੂ ਲਗਾਤਾਰ ਰੀਂਗ ਰਿਆ ਸੀ ਹੌਲੀ-ਹੌਲੀ ਰਾਤ ਦੀ ਉਮਰ ਵੀ ਪੱਕ ਗਈ ਚੀਜ਼ਾਂ ਫਰੋਲਦਿਆਂ ਉਹਨੂੰ ਸਟੋਰ 'ਚੋਂ ਪੁਰਾਣੀ ਗਿਣਤੀ ਲੱਭ ਪਈ ਗਿਣਤੀ ਦਸਤੇ ਤੋਂ ਬਿਨਾਂ ਸੀ ਸ਼ਾਇਦ ਮਕਾਨ ਬਣਨ ਵੇਲੇ ਦੀ ਸਟੋਰ ਵਿੱਚ ਪਈ ਸੀ ਉਹਨੇ ਗਿਣਤੀ ਕੱਛੇ ਦੇ ਕੇ ਕੰਬਲ ਦੀ ਬੁੱਕਲ ਮਾਰ ਲਈ ਉਹ ਇਹਨੂੰ ਬਾਹਰ ਆ ਕੇ ਉਸ ਬੜਕ ਲਈ ਕਾਇਨਾਤ ਹਨੇਰੇ 'ਚ ਡੁੱਬੀ ਹੋਈ ਸੀ ਪਥਾਰਾ ਗੜ ਨੇ ਧੁੰਦ ਦੀ ਚਾਦਰ ਤਾਣ ਲਈ ਸੀ ਵਾਦੀ ਵੱਲ ਧੁੰਦ ਹੋਰ ਵੀ ਸੰਘਣੀ ਸੀ ਉਧਰ ਨਾ ਪਹਾੜੀ ਮਕਾਨਾਂ ਦਾ ਹੀ ਕੋਈ ਨਿਸ਼ਾਨ ਬਾਕੀ ਸੀ ਤੇ ਨਾ ਸੱਪ ਵਰਗੀ ਨਦੀ ਦਿਸਦੀ ਸੀ ਪਰ ਨਦੀ ਦਾ ਰੌਲਾ ਰਾਤ ਦੀ ਭਿਆਨਕਤਾ 'ਚ ਹੋਰ ਉੱਚਾ ਹੋ ਗਿਆ ਸੀ ਦੂਰ ਸ਼ਹਿਰ ਦੀ ਸੜਕ ਤੇ ਦੇ ਖੰਭਿਆਂ ਤੇ ਚਮਗਿੱਦੜਾ ਵਾਂਗ ਲਟਕਦੀਆਂ ਰੌਸ਼ਨੀਆਂ ਉੰਗ ਰਹੀਆਂ ਸਨ ਸਰਦੀ ਨਾਲ ਠੁੱਠ ਠੁਰ ਕਰਦਾ ਸ਼ਹਿਰ ਗੂੜੀ ਨੀਂਦੇ ਸੌਂ ਗਿਆ ਲੱਗਦਾ ਸੀ ਉਹਦੇ ਆਪਣੇ ਮਕਾਨ ਦੁਆਲੇ ਜੰਗਲ ਦੀ ਜੂ ਸੀ ਸਾਰੇ ਜੰਗਲ 'ਚ ਇਸ ਵੇਲੇ ਹਨੇਰੇ ਦੀ ਸਲਤਨਤ ਦਾ ਬੋਲਬਾਲਾ ਸੀ ਦੂਰ ਕਿਧਰੇ ਕੁੱਤਾ ਅੰਬਰ ਵੱਲ ਮੂੰਹ ਕਰਕੇ ਰੋਇਆ ਉਹ ਆਪਣੇ ਆਪ ਵੱਲੋਂ ਬੇਤਿਆਨਾ ਹੋ ਕੇ ਤੁਰ ਪਿਆ ਉਹਦੇ ਨਾਲ ਹਨੇਰਾ ਵੀ ਤੁਰ ਰਿਹਾ ਸੀ ਤੇ ਬਦਾਵਾਸੀ ਵੀ ਉਹਦੀ ਹੋਸ਼ ਉੱਤੇ ਬੇਹੋਸ਼ੀ ਦਾ ਕਕਰ ਸੀ ਕੁੰਡੀ ਨਾਲ ਫਸੀ ਹੋਈ ਮੱਛੀ ਵਾਂਗੂ ਦੱਬੀ ਹੋਈ ਹੋਸ਼ ਅੱਖਾਂ ਉਗੇੜ ਕੇ ਕਦੀ ਕਦਾਈ ਤੜਪਦੀ ਸੀ ਇਸ ਵੇਲੇ ਰਾਹ ਵੀ ਬੇਪਛਾਣ ਸੀ ਤੇ ਦਈਆ ਵੀ ਪਰ ਉਹਦੇ ਪੈਰਾਂ ਨੇ ਆਪਣਾ ਰਾਹ ਆਪੇ ਲੱਭ ਲਿਆ ਸੀ ਨੰਗੇ ਪਹਾੜ ਦੀ ਸ਼ਾਮਲਾਜ ਉਹਨੇ ਆਪਣੇ ਦਿਲ ਦੀ ਤੱਕ ਤੱਕ ਨੂੰ ਮੱਥੇ 'ਚ ਸੁਣਿਆ ਤੇ ਖਲੋ ਕੇ ਡੋਰ ਭੌਰਿਆਂ ਵਾਂਗ ਚੁਫੇਰੇ ਵੇਖਿਆ ਨੇੜਲੇ ਰੁੱਖ ਤੇ ਪੰਛੀਆਂ ਨੇ ਪੈਰ ਫੜਫੜਾਏ ਅਨੇਕ ਅੱਖਾਂ ਨੇ ਉਹਨੂੰ ਘੂਰਿਆ ਅੰਗਿਆਰਾ ਵਾਂਗ ਮਗਧੀਆਂ ਨਜ਼ਰਾਂ ਘੁਰ ਘੁਰ ਕਰਨ ਲੱਗ ਪਈਆਂ ਪੱਥਰਾਂ ਵਿੱਚ ਹਿਲਜੁਲ ਹੋਈ ਗਿੱਦੜ ਸਹਿਮ ਕੇ ਝਾੜੀਆਂ ਵੱਲ ਦੌੜ ਗਏ ਉਹਨਾਂ ਸਬਨਾਂ ਦੇ ਵਿੱਚਕਾਰ ਰੁਜੇ ਦੀ লাশ ਪਈ ਸੀ ਡਰ ਤੇ ਸਹਿਮ ਦੀ ਵਾ ਵਗ ਰਹੀ ਸੀ লাশ ਵੱਲ ਪਿੱਟ ਕਰਕੇ ਵਾਹੋਦਾਈ ਜ਼ਮੀਨ ਖੋਦਣ ਲੱਗ ਪਿਆ ਉਹ ਬਹੁਤ ਦੇਰ ਤੱਕ ਜ਼ਮੀਨ ਪੁੱਟਦਾ ਰਿਹਾ ਮਰਦਾਰ ਦੇ ਪ੍ਰੇਮੀ ਬੇਚੈਨ ਜੀਆਂ ਨਜ਼ਰਾਂ ਨਾਲ ਪਰਾਂ ਖਲੋਤੇ ਉਹਨੂੰ ਵੇਖਦੇ ਰਹੇ ਉਹ ਲਗਾਤਾਰ ਲੱਗਾ ਹੀ ਰਿਹਾ ਉਹਦੇ ਹੱਥਾਂ 'ਚ ਛਾਲੇ ਪੈ ਗਏ ਉਹਦੇ ਜ਼ਖਮੀ ਹੱਥ ਟਸ ਟਸ ਕਰਨ ਲੱਗ ਪਿਆ ਉਹ ਕਦੀ ਕਦਾਈ ਗੈਂਤੀ ਰੱਖ ਕੇ ਸੁੰਨ ਹੋਈ ਹੱਥਾਂ ਨੂੰ ਆਪਸ 'ਚ ਰਗੜ ਕੇ ਨਿਗ੍ਹਿਆਂ ਕਰਨ ਦਾ ਨਿਮਾਣਾ ਜਿਹਾ ਯਤਨ ਕਰਦਾ ਤੇ ਗੈਂਤੀ ਚੁੱਕ ਮੁੜ ਮਿੱਟੀ ਪੁੱਟਣ ਲੱਗ ਪੈਂਦਾ ਅਚਾਨਕ ਜਾਪਿਆ ਰਾਤ ਤਿੜਕ ਰਹੀ ਸੀ ਟੋਆ ਸਿਰਫ ਇਨਾ ਕੁ ਡੂੰਘਾ ਹੀ ਪੁੱਟਿਆ ਜਾ ਸਕਿਆ ਸੀ ਕਿ ਬੜੀ ਮੁਸ਼ਕਲ ਨਾਲ লাশ ਨੂੰ ਟੱਕ ਸਕੇ ਉਹਨੇ ਆਖਰੀ ਵਾਰ ਪੁੱਟੀ ਹੋਈ ਮਿੱਟੀ ਹੱਥਾਂ ਨਾਲ ਢੋਈ ਚੁੱਕੀ ਤੇ ਉੱਠ ਖਲੋਤਾ ਉਹਨੇ ਹੁਣ ਤੱਕ লাশ ਵੱਲੋਂ ਅੱਖਾਂ ਚੁਰਾਈ ਰੱਖੀਆਂ ਸਨ ਹੁਣ ਰੂਚੀ ਦੀ ਦੇਹ ਨੂੰ ਅਲਵਿਦਾ ਕਹਿਣ ਦਾ ਵੇਲਾ ਆਇਆ ਸੀ ਤਾਂ ਉਹਨੂੰ ਰੂਚੀ ਵੱਲ ਵੇਖਣਾ ਹੀ ਪੈਣਾ ਸੀ ਤੇ ਉਸ ਵੇਖ ਲਿਆ ਜਿਨ੍ਹਾਂ ਅੱਖਾਂ 'ਚ ਹਰ ਪਲ ਸੁਪਨਿਆਂ ਦੇ ਹੰਸ ਤੈਰਦੇ ਹੁੰਦੇ ਸਨ ਉਹ ਅੱਖਾਂ ਗੁੰਮ ਸਨ ਉਨਾ ਮੋਟੀਆਂ ਅੱਖਾਂ ਨੂੰ ਕਾਂ ਨੋਚ ਗਿਆ ਸੀ ਉਹਨਾਂ ਅੱਖਾਂ ਦੀ ਥਾਂ ਹੁਣ ਦੋ ਡੂੰਗੇ ਟੋਏ ਸਨ ਰੂਚੀ ਦਾ ਚਿਹਰਾ ਬਹੁਤ ਬੁਰੀ ਤਰ੍ਹਾਂ ਖਾਦਾ ਗਿਆ ਸੀ ਜਿਨ੍ਹਾਂ ਬੁੱਲਾਂ ਨੂੰ ਹਮੇਸ਼ਾ ਚੁੰਮਣਾ ਚਾਹੁੰਦਾ ਸੀ ਉਹਨਾਂ ਬੁੱਲਾਂ ਦੀ ਥਾਂ ਭਿਆਨਕ ਜਬਾੜੇ ਤੇ ਬੁੱਟਾਂ ਤੋਂ ਸਖਣੇ ਦੰਦ ਸਨ ਇਹ ਉਹਦੀ ਪ੍ਰੇਮਿਕਾ ਦਾ ਚਿਹਰਾ ਸੀ ਜਿਹਨੂੰ ਵੇਖ ਕੇ ਉਹਨੂੰ ਖੂਬਸੂਰਤ ਸ਼ੇਰ ਯਾਦ ਆਉਂਦੇ ਸਨ ਜਿਹਦੀ ਮੁਹੱਬਤ ਚ ਪੂਰੀ ਪੂਰੀ ਸ਼ਾਇਰ ਹੋ ਗਿਆ ਸੀ ਉਸ ਚਿਹਰੇ ਨੂੰ ਉਹ ਹੁਣ ਕਿਹੜੇ ਫੁੱਲ ਨਾਲ ਤੁਲਨਾ ਦੇਵੇ ਵੈਸੇ ਤਾਂ ਇਸ ਵੇਲੇ ਹਨੇਰਾ ਹੀ ਹਨੇਰਾ ਵੀ ਅਸ਼ੋਕ ਦਾ ਹਮਦਰਦ ਸੀ ਪਰ ਇhtiyat ਲਈ ਉਹ ਸੱਖਾਂ ਮੀਟ ਲਈਆਂ ਤੇ ਕਸੀ ਸਵਟਕੇ লাশ ਨੂੰ ਟੋਏ ਵੱਲ ਧੱਕਾ ਦਿੱਤਾ লাশ ਉੱਤੇ ਮਿੱਟੀ ਪਾਉਣ ਲੱਗਿਆ ਉਸ ਰੋਣਾ ਚਾਹਿਆ ਪਰ ਨਹੀਂ ਰੋ ਸਕਿਆ ਉਹਦੇ ਮਾਰੂ ਥਲ 'ਚ ਦੋ ਅਥਰੂ ਵੀ ਨਹੀਂ ਸਨ ਉਹ ਆਪਣੇ ਅੰਦਰੋਂ ਕਿਸੇ ਕੁਝ ਨੂੰ ਉਸ ਟੋਏ 'ਚ ਦਫ਼ਨ ਕਰ ਬੈਠਾ ਸੀ ਉਹ ਵਾਹੋ-ਦਾਈ ਮਿੱਟੀ ਪਾਉਂਦਾ ਰਿਹਾ ਤਮਾਸ਼ਾ ਵੇਖ ਰਹੀਆਂ ਗਿਰਜਾਂ ਬਹੁਤ ਬੇਚੈਨ ਹੋ ਗਈਆਂ ਰੁੱਖਾਂ ਤੇ ਬੈਠੇ ਪੰਛੀਆਂ ਨੇ ਮੁਰ ਪਰ ਫੜਫੜਾਏ ਕੁੱਤਿਆਂ ਨੇ ਆਪਸ ਵਿੱਚ ਘੁਰ ਘੁਰ ਕੀਤੀ ਗਿੱਦੜ ਝਾੜੀਆਂ ਚ ਖਲੋਤੇ ਰਹੇ ਉਸ ਵੇਲੇ ਕਾਮਾਂ ਦਾ ਕਿਦਰੇ ਕੁਝ ਪਤਾ ਨਹੀਂ ਸੀ ਅਗਲਾ ਅੰਗ 8 ਨਿਆਣਿਆਂ ਨੂੰ ਆਰੇ ਲਾ ਕੇ ਮਾਸਟਰ ਗੁਪਤਾ ਬਾਰੀ ਕੋਲ ਆ ਗਿਆ ਬਾਰੀ ਖੋਲ ਕੇ ਉਸ ਨੇ ਕੀ ਜੀ ਝੀਤ ਬਣਾਈ ਤੇ ਨਹੀਂ ਜਲਾ ਕੇ ਨੰਗੇ ਪਹਾੜ ਵੱਲ ਵੇਖਿਆ ਸੀਤ ਹਵਾ ਦੇ ਬੁੱਲੇ ਨਾਲ ਬਾਰੀ ਖੁੱਲ ਗਈ ਕਾਲੀ ਨਾਲ ਬਾਰੀ ਬੰਦ ਕਰਕੇ ਪ੍ਰਿੰਸੀਪਲ ਦੇ ਦਫ਼ਤਰ ਵੱਲ ਦੌੜਿਆ ਸਰ ਉੱਤੇ লাশ ਨਹੀਂ ਹੈ ਕੀ ਪ੍ਰਿੰਸੀਪਲ ਖੰਨਾ ਕੁਰਸੀ ਤੋਂ ਉੱਠ ਖਲੋਤਾ ਸਰ ਲਾਸ਼ ਦੀ ਚੋਰੀ ਇਹ ਤਾਂ ਸਿਰਫ ਜਸੂਸੀ ਨਾਵਲਾਂ ਚ ਪੜਿਆ ਹੋਇਆ ਸੀ ਪਰ ਅੱਜ ਤਾਂ ਕੀ ਬਕਵਾਸ ਹੈ ਪ੍ਰਿੰਸੀਪਲ ਖੰਨਾ ਨੇ ਵੀ ਗਾਹੋ ਕੀ ਬਾਰੀ ਖੋਲੀ ਤੇ ਫਿਰ ਬੰਦ ਕਰਤੀ ਉਸ ਪਰੇਸ਼ਾਨੀ ਜਈਂ ਠੋਡੀ ਖੁਰਕੀ ਤੇ ਬੋਲੇ ਗੁਪਤਾ ਸਾਹਿਬ ਗੱਲ ਆਪਣੇ ਤੱਕ ਹੀ ਰੱਖਿਓ ਕਾਨੂੰ ਐਵੇਂ ਪੰਨ ਸਿੰਘ ਪੌੜੀਆਂ ਵਰਗੇ ਖੇਤਾਂ ਦੀਆਂ ਹੇਟਲੀਆਂ ਵਟਾਂ ਤੋਂ ਘਾਹ ਖੋਤ ਰਿਆ ਸੀ ਜਿੰਨਾ ਘਾਹ ਉਹਨੇ ਖੋਤ ਲਿਆ ਸੀ ਬਹੁਤ ਸੀ ਗਾਂ ਦਾ ਇੰਨੇ ਨਾਲ ਸਰ ਜਾਣਾ ਸੀ ਆਦੀ ਨਿੱਕੀ ਜੀ ਪੰਡ ਸਿਰ ਤੇ ਰੱਖ ਕੇ ਤੁਰਨ ਲੱਗਿਆ ਔਰ ਇਹ ਪਹਾੜ ਦੇ ਸਿਖਰ ਵੱਲ ਵੇਖਿਆ ਇੱਕ ਪਲ ਉਸੇ ਤਰ੍ਹਾਂ ਹੀ ਖਲੋਤਾ ਰਿਹਾ ਤੇ ਫਿਰ ਪੰਡ ਸਿਰ ਤੋਂ ਲਾ ਕੇ ਮੋੜੇ ਹੇਠਾਂ ਰਖਤੀ ਪਹਾੜੀ ਖੇਤ ਨਜ਼ਰ ਦੀ ਹੱਦ ਤੱਕ ਸੁੰਨਸਾਨ ਸਨ ਖੇਤਾਂ ਦੀਆਂ ਪੌੜੀਆਂ ਚੜ ਕੇ ਉਹ ਝੀਲ ਦੇ ਝੁੰਡ ਹੇਠਾਂ ਆ ਗਿਆ ਉਹਦੀਆਂ ਨਜ਼ਰਾਂ ਨੇ ਉਤਰਾਈ ਉਤਰ ਕੇ ਸ਼ਾਮਲਾਤ ਵਿੱਚ ਪਹੁੰਚਣ ਦੀ ਥਾਂ ਹੀ ਕੁਡਾਰੀ ਵਿੱਚ ਹੀ ਪੂਰਾ ਸਫ਼ਰ ਤੈਅ ਕਰ ਲਿਆ ਉਹਦੀ ਨਜ਼ਰ ਨੇ ਖੰਭ ਫਲਾ ਕੇ ਬੈਠਣਾ ਸੀ ਪਰ ਕੁੰਗੜ ਗਈ ਘਰ ਪਹੁੰਚ ਕੇ ਉਸ ਆਪਣੀ ਧੀਵੀ ਨੂੰ ਆਖਿਆ ਜਾਣੀ ਨੰਗੇ ਪਹਾੜ ਤੋਂ ਲਾਸ਼ ਚੁੱਕੀ ਗਈ ਹੈ ਪ੍ਰਿੰਸੀਪਲ ਖੰਨਾ ਵੀ ਸਕੂਲੋਂ ਛੁੱਟੀ ਕਰਕੇ ਸਿੱਧਾ ਘਰ ਪਹੁੰਚ ਗਿਆ ਤੇ ਬੇਸਬਰੀ ਨਾਲ ਬੋਲਿਆ ਦਾਲ ਵਿੱਚ ਹੀ ਕੜਚੀ ਫੇਰੀ ਜਾਨੀਏ ਕਿਸੇ ਦੀ ਗੱਲ ਵੀ ਸੁਣ ਲਿਆ ਕਰ ਮਾਸਟਰ ਗੁਪਤਾ ਜਸੂਸੀ ਨਾਵਲ ਕਰਾਏ ਤੇ ਲੈਣ ਗਿਆ ਤਾਂ ਉਸ ਬੁੱਕਸਟਾਲ ਵਾਲੇ ਨੂੰ ਦੱਸਿਆ ਬਈ ਲਾਸ਼ ਤੇ ਗੁੰਮ ਹੋਣ ਵਾਲੀ ਤਾਂ ਹੱਦ ਹੀ ਹੋਗੀ ਹੁਣ ਤਾਂ ਮੈਨੂੰ ਖੁਦ ਨੂੰ ਹੀ ਜਸੂਸੀ ਨਾਵਲ ਲਿਖਣਾ ਪਊ ਸ਼ਹਿਰ ਦੀ ਹਵਾ ਚ ਕਾਵਾਂ ਰੌਲੀ ਮੱਚ ਗਈ ਇਹ ਕੀ ਹੋ ਰਿਹਾ ਹੈ ਪਹਿਲਾਂ ਕੋਈ ਕਤਲ ਕਰਕੇ ਲਾਸ਼ ਸੁੱਟ ਗਿਆ ਤੇ ਹੁਣ ਏਦਾਂ ਦੀ ਚੋਰੀ ਤਾਂ ਪਹਿਲਾਂ ਕਦੀ ਨਹੀਂ ਸੀ ਸੁਣੀ ਲੋਕਾਂ ਨੂੰ ਕੀ ਮਾਰ ਵਗ ਗਈ ਏ ਕੋਈ ਥਾਣੇ ਰਿਪੋਰਟ ਨਹੀਂ ਲਿਖਾ ਰਿਹਾ ਪੁਲਿਸ ਵੀ ਸੁੱਤੀ ਹੋਈ ਹੈ ਪੁਲਿਸ ਨੂੰ ਵੀ ਤਾਂ ਕੁਝ ਸਾਰ ਰੱਖਣੀ ਚਾਹੀਦੀ ਹੈ ਪੁਲਿਸ ਸੁੱਤੀ ਹੋਈ ਨਹੀਂ ਸੀ ਸ਼ਹਿਰ ਦੇ ਥਾਣੇ 'ਚ ਪੁਲਿਸ ਜਾਗ ਰਹੀ ਸੀ ਪਰ ਪੁਲਿਸ ਹਵਾੜਿਆਂ ਦੀ ਪੈਡ ਨਹੀਂ ਸੀ ਨੱਪਦੀ ਫਿਰਦੀ ਅਧਖੜ ਜੀ ਕੁਰਸੀ ਤੇ ਬੈਠੇ ਹੈੱਡ ਮੁਹਰਰ ਲਾਲਚੰਦ ਨੇ ਬੀੜੀ ਦਾ ਲੰਮਾ ਕਾਸ਼ ਲਿਆ ਤੇ ਹੱਥ ਫਰਸ਼ 'ਵਲ ਲਮਕਾ ਕੇ ਰਾਖ ਛਾੜਨ ਲਈ ਜ਼ੋਰ ਦੀ ਚੁਟਕੀ ਮਾਰੀ ਆਪਣੀਆਂ ਦੋਵੇਂ ਲੱਤਾਂ ਉਸ ਅੱਗੇ ਪਈ ਮੇਜ਼ ਤੇ ਪਸਾਰ ਲਈਆਂ ਤੇ ਪੂਰਾ ਮੂੰਹ ਖੋਲ ਕੇ ਭਰਵੀਂ ਉਬਾਸੀ ਲਈ ਅੰਦਰਲਾ ਧੂਆਂ ਗੁਵਾਰ ਵਾਂਗ ਉੱਠਿਆ ਤੇ ਕਮਰੇ ਦੀ ਸੀਤ ਹਵਾ 'ਚ ਘੁਲ ਗਿਆ ਧੰਨਵਾਦ ਚਲਦਾ